ਸਾਸਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਆਪ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਹਰੀ ਦਾ ਜਸ ਸੁਣ ਰਹੇ ਸੀ, ਗਾ ਰਹੇ ਸੀ, ਜਿਸਦੇ ਬਾਰੇ ਆਪਨੇ ਹੁਣੇ ਸਰਵਣ ਕੀਤਾ ਹੈ ਕਿ ਗੁਣਾਂ ਦੇ ਖਜ਼ਾਨੇ ਦਾ ਗੁਣ ਉਹੀ ਜਸ ਉਹੀ ਗਾ ਸਕਦਾ ਹੈ ਜਿਹਦੇ ਉੱਤੇ ਕਿਰਪਾ ਵਾਹਿਗੁਰੂ ਉਤਾਰ ਦੇਵੇ, ਉਹੀ ਸੁਣ ਸਕਦਾ ਹੈ। ਸੋ ਕਿਰਪਾ ਹੈ ਮਹਾਰਾਜ ਜੀ ਦੀ ਇਸ ਕਲਯੁਗ ਦੇ ਅੰਦਰ, ਜਦੋਂ ਕਿ ਹਨੇਰੀ ਵੀ ਬਹੁਤ ਹੀ ਤੇਜ਼ ਹੈ, ਇੱਕਦਮ ਸਿੱਧੀ ਹਨੇਰੀ ਹੁੰਦੀ ਹੈ, ਉਹਦੇ ਨਾਲ ਬਹੁਤਾ ਨੁਕਸਾਨ ਨਹੀਂ ਹੋਇਆ ਕਰਦਾ। ਇੱਕ ਬਾਬ ਰੋਲਾ ਹੁੰਦਾ ਹੈ ਜੋ ਪਾਣੀ ਨੂੰ ਵੀ ਜੇ ਸਮੁੰਦਰ ਦੇ ਉੱਤੇ ਆ ਜਾਵੇ 200-200 ਫੁੱਟ ਜਾਂ 200-200 ਗਜ ਉੱਚਾ ਚੱਕ ਲੈਂਦਾ, ਮੀਲਾਂ ਦੇ ਅੰਦਰ ਪਾਣੀ ਨੂੰ ਘੁਮਾ ਦਿੰਦਾ। ਜਦੋਂ ਉਹ ਕੰਢੇ ਦੇ ਉੱਤੇ ਕਿਤੇ ਆ ਜਾਵੇ ਤਾਂ 40-40, 50-50 ਮੀਲ ਦੇ ਵਿੱਚ 15-15 ਫੁੱਟ ਉੱਚਾ ਪਾਣੀ ਚੜਾ ਦਿੰਦਾ। ਉਸ ਵੇਲੇ ਸਭ ਮਕਾਨ ਰੁੜ ਜਾਂਦੇ ਨੇ, ਸਭ ਚੀਜ਼ਾਂ ਉਲਟ ਫੁਲਟ ਹੋ ਜਾਂਦੀਆਂ, ਸੜਕਾਂ ਟੁੱਟ ਜਾਂਦੀਆਂ, ਪੁਲ ਟੁੱਟ ਜਾਂਦੇ ਨੇ। ਇਸ ਤਰ੍ਹਾਂ ਦਾ ਜੇ ਧਰਤੀ 'ਤੇ ਆ ਜਾਵੇ ਤਾਂ ਉਹ ਸਭ ਦਰੱਖਤਾਂ ਨੂੰ ਚੱਕ ਲੈਂਦਾ ਐਡਾ ਜ਼ੋਰ ਦਾ। ਸੋ ਕੇਵਲ ਹਨੇਰੀ ਨਹੀਂ ਚੱਲਦੀ, ਬਾਬ ਰੋਲਾ ਚੱਲ ਰਿਹਾ ਜਿਸਦੇ ਅੰਦਰ ਆਦਮੀ ਨੂੰ ਕੋਈ ਸੁਰਤ ਨਹੀਂ ਹੈ, ਬੇਸੁਰਤ ਹੋਇਆ ਹੋਇਆ ਜੀਵਨ ਬਤੀਤ ਕਰ ਰਿਹਾ। ਬੜੀ ਮੁਸ਼ਕਲ ਦੇ ਨਾਲ ਮਾਨਸ ਜਨਮ ਹੱਥ ਆਇਆ ਹੈ, ਲੰਘਦਾ ਤੁਰਿਆ ਜਾ ਰਿਹਾ। ਕਿਸੇ ਦਾ ਕੋਈ ਬਚਪਨ ਵਿੱਚ ਹੈ, ਉਸ ਨੂੰ ਹਾਲੇ ਸੋਝੀ ਨਹੀਂ ਆਈ, ਕੋਈ ਜਵਾਨੀ ਦੇ ਵਿੱਚ ਆ ਗਿਆ ਉਹਦੇ ਨਾਲ ਧੋਖਾ ਹੋ ਗਿਆ, ਕੋਈ ਬੁਢਾਪੇ 'ਚ ਆ ਗਿਆ ਹੁੰਦਾ ਹੁਣ ਕੁਛ ਨਹੀਂ, ਤਪ ਨਹੀਂ ਕਰ ਸਕਦਾ, ਜਪ ਨਹੀਂ ਕਰ ਸਕਦਾ, ਸਰੀਰ ਸਾਥ ਨਹੀਂ ਦਿੰਦਾ, ਪਛਤਾਵਾ ਪੱਲੇ ਰਹਿ ਗਿਆ ਵੀ ਸੋਹਣੇ ਦਿਨ ਲੰਘ ਗਏ, ਹੁਣ ਕੁਛ ਨਹੀਂ ਹੁੰਦਾ, ਨਾ ਸੇਵਾ ਕਰ ਸਕਦਾ, ਨਾ ਕਿਤੇ ਹਰੀ ਦਾ ਜਸ ਸਰਵਣ ਕਰ ਸਕਦਾ, ਨਾ ਮਹਾਂਪੁਰਸ਼ਾਂ ਦੀ ਸੰਗਤ ਕਰ ਸਕਦਾ। ਸੋ ਇਸ ਤਰ੍ਹਾਂ ਪਛਤਾਵਾ ਪੱਲੇ ਰਹਿ ਜਾਂਦਾ। ਆਖੀਰ ਆਦਮੀ ਹਾਰ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ, ਜਿੰਨਾ ਕੁ ਪਛਤਾਉਂਦੀ ਹੈ ਰੂਹ ਉਹਦਾ ਕੋਈ ਹਿਸਾਬ ਨਹੀਂ, ਕਿਉਂ ਜੋ ਸਾਰੀ ਜ਼ਿੰਦਗੀ 'ਚ ਕਮਾਈ ਕਰੀ ਹੈ ਉਹ ਉੱਥੇ ਹੀ ਰਹਿ ਗਈ, ਆਪਣੇ ਨਾਲ ਕੁਛ ਵੀ ਨਾ ਲੈ ਕੇ ਆਇਆ, ਖਾਲੀ ਹੱਥ ਆ ਗਿਆ ਅਤੇ ਉਸ ਥਾਂ ਦੇ ਉੱਤੇ ਆਦਰ ਨਹੀਂ ਮਿਲਦਾ, ਉੱਥੇ ਕੋਈ ਲਿਹਾਜ਼ ਨਹੀਂ ਹੁੰਦੀ। ਜਿਹਾ ਬੀਜਿਆ ਸੋ ਲੁਣਾ, ਕਰਮਾ ਸੰਦਲਾ ਖੇਤ, ਜਿਹਾ ਜਿਹਾ ਬੀਜ ਕੇ ਗਿਆ ਉਹਾ ਜਿਹਾ ਹੀ ਉਹਦਾ ਫਲ ਪ੍ਰਾਪਤ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਜੀਵਨ ਜੋ ਹੈ, ਮਹਾਰਾਜ ਕਹਿੰਦੇ ਇੱਕ ਬੜਾ ਭਾਰਾ ਧੋਖਾ ਹੋ ਰਿਹਾ ਜੀਵ ਦੇ ਨਾਲ। ਧੋਖਾ ਉਹਨੂੰ ਕਹਿੰਦੇ ਨੇ ਕਿ ਬੰਦੇ ਨੂੰ ਪਤਾ ਨਾ ਲੱਗੇ ਅਤੇ ਅੰਦਰ ਹੇਠਾਂ ਜਾਲ ਵਿਛਿਆ ਹੋਵੇ, ਉਹ ਅੰਦਰ ਟ੍ਰੈਪ ਆ ਜਾਵੇ ਵੀ ਹੁਣ ਫਸ ਗਿਆ ਹੈ, ਆ ਗਿਆ ਜਾਲ ਦੇ ਉੱਤੇ। ਜਦੋਂ ਪੰਛੀਆਂ ਨਾਲ ਧੋਖਾ ਹੁੰਦਾ ਹੈ, ਜਾਲ ਵਿਛਾ ਦਿੰਦੇ ਨੇ ਅਤੇ ਬਹੁਤ ਸੋਹਣਾ ਚਿੱਟਾ ਚਾਵਲ ਉਹਦੇ ਥੱਲੇ ਵਿਛਾ ਦਿੰਦੇ, ਜੋ ਦੂਰੋਂ ਨਜ਼ਰ ਪੈਂਦਾ ਵੀ ਹਾਂ ਉਸ ਵੇਲੇ ਪੰਛੀ ਨੂੰ ਭੁੱਖ ਲੱਗੀ ਜਾਂਦੀ ਹੈ, ਉਹ ਬੜਾ ਧੰਨਵਾਦ ਕਰਦਾ ਵੀ ਕੋਈ ਐਸਾ ਪਿਆਰਾ ਪਰਮੇਸ਼ਰ ਦਾ ਜਿਹਨੇ ਮੇਰੇ ਖਾਣ ਵਾਸਤੇ ਬੜਾ ਸੋਹਣਾ ਦਾਣਾ ਵਿਛਾ ਦਿੱਤਾ। ਉਹ ਉਤਰਿਆਉਂਦਾ ਇਸ ਗੱਲ ਤੋਂ ਬੇਖਬਰ ਹੋ ਕੇ ਕਿਤੇ ਮੈਂ ਫਸ ਨਾ ਜਾਵਾਂ, ਕਿਤੇ ਇਹਦੇ ਪਿੱਛੇ ਕੋਈ ਧੋਖਾ ਤਾਂ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ
ਜਦੋਂ ਜਾਲ ਚ ਉਤਰਿਆ ਹੁੰਦਾ ਹੈ ਫਿਰ ਉਹਦਾ ਫਸ ਜਾਂਦਾ, ਫਿਰ ਨਹੀਂ ਨਿਕਲ ਸਕਦਾ। ਫਿਰ ਉਹਦਾ ਅੰਤ ਕੀ ਹੁੰਦਾ ਹੈ ਤੁਸੀਂ ਸਾਰੇ ਹੀ ਜਾਣਦੇ ਹੋ। ਜੋ ਪੰਛੀ ਜਾਲ ਚ ਫਸ ਜਾਵੇ ਉਹ ਤਾਂ ਬਹੁਤ ਔਖਾ ਹੋ ਜਾਂਦਾ ਹੈ। ਹਰਨ ਫਿਰਦੇ ਨੇ ਬਾਹਰ ਖੇਤਾਂ ਦੇ ਅੰਦਰ, ਫਾਹੀਆਂ ਗੱਡ ਦਿੰਦੇ ਨੇ, ਕੋਲ ਚੀਜ਼ਾਂ ਪਾਉਂਦੇ ਨੇ, ਲੁਕੋ ਦਿੰਦੇ ਨੇ ਉਹਨੂੰ। ਉਹ ਹਰਨ ਆਉਂਦਾ ਪੈਰ ਨੇੜੇ ਚਲੇ ਜਾਂਦਾ, ਉਸੇ ਵੇਲੇ ਫਾਹੀ ਚ ਫਸ ਜਾਂਦਾ। ਕੜਕੀਆਂ ਲੱਗੀਆਂ ਹੁੰਦੀਆਂ, ਵੱਡੇ ਵੱਡੇ ਜਾਨਵਰ ਜਿਹੜੇ ਨੇ ਸ਼ੇਰਾਂ ਵਰਗੇ ਉਹ ਵੀ ਫਸ ਜਾਂਦੇ ਨੇ। ਇਸ ਚੀਜ਼ ਨੂੰ ਧੋਖਾ ਕਹਿੰਦੇ ਨੇ ਵੀ ਆਦਮੀ ਨੂੰ ਪਤਾ ਨਾ ਹੋਵੇ ਵੀ ਇਹ ਮੇਰੇ ਨਾਲ ਗਾਹਾਂ ਕੀ ਵਰਤਣੀ ਹੈ, ਮੇਰੇ ਨਾਲ ਗਾਹਾਂ ਕੀ ਕੰਮ ਆਉਣਾ। ਸੋ ਧੋਖੇ ਵਿੱਚ ਜੋ ਵੀ ਆ ਗਿਆ ਤਾਂ ਉਹਦੇ ਨਾਲ ਬਹੁਤ ਬੁਰੀ ਹੁੰਦੀ ਹੈ। ਕੋਈ ਆਦਮੀ ਜਾਇਦਾਦ ਦੇ ਧੋਖੇ 'ਚ ਆ ਜਾਂਦਾ, ਦੂਸਰਾ ਬੰਦਾ ਉਹਦੀ ਜਾਇਦਾਦ ਲੈ ਲੈਂਦਾ, ਧੋਖੇ ਨਾਲ ਰਜਿਸਟਰੀਆਂ ਕਰਾ ਦਿੰਦੇ ਨੇ ਝੂਠੀਆਂ, ਝੂਠਾ ਬੰਦਾ ਖੜਾ ਕਰਕੇ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਅੰਦਰ ਧੋਖਾ ਹੀ ਧੋਖਾ ਚੱਲਦਾ। ਸਕੂਲ ਨਕਲੀ ਹੁੰਦੇ ਨੇ, ਡਿਗਰੀਆਂ ਪ੍ਰਵਾਨ ਨਹੀਂ ਹੁੰਦੀਆਂ, ਇਸ ਤਰ੍ਹਾਂ ਦੇ ਧੋਖੇ ਹੋ ਜਾਂਦੇ ਆ। ਹਰ ਸਾਰੀ ਜ਼ਿੰਦਗੀ ਦੇ ਅੰਦਰ ਆਦਮੀ ਦੇ ਨਾਲ ਬਾਹਰ ਧੋਖਾ ਚੱਲ ਰਿਹਾ। ਪੈਸੇ ਕਮਾਉਣ ਦਾ ਜੋਗਾ ਹੈ, ਚੀਜ਼ ਲੈਣ ਵਾਸਤੇ ਜਾਂਦਾ ਹੈ, ਅਸਲੀ ਚੀਜ਼ ਦਾ ਮੁੱਲ ਦਿੰਦਾ, ਲੇਕਿਨ ਧੋਖਾ ਹੋ ਗਿਆ, ਉਹਨੇ 40 ਰੁਪਈਏ ਦੀ ਛੱਡ ਕੇ 2 ਰੁਪਈਏ ਵਾਲੀ ਦੇ ਦਿੱਤੀ, ਘਰ ਆ ਜਾਂਦਾ, ਉਹਦਾ ਅਸਰ ਕੋਈ ਨਹੀਂ ਹੁੰਦਾ। ਸੋ ਇਸ ਤਰ੍ਹਾਂ ਜ਼ਿੰਦਗੀ ਦਾ ਕੋਈ ਕਦਮ ਨਹੀਂ ਹੈ ਜਿਸ ਵਾਸਤੇ ਇਹਦੇ ਨਾਲ ਧੋਖਾ ਨਾ ਹੁੰਦਾ। ਸਾਰਿਆਂ ਨਾਲੋਂ ਵੱਡਾ ਧੋਖਾ ਜੋ ਇਹ ਜੀਵ ਨਾਲ ਹੋ ਰਿਹਾ ਹੈ, ਇਹਨਾਂ ਧੋਖਿਆਂ ਨੂੰ ਅਸੀਂ ਜਾਣਦੇ ਹਾਂ। ਅਤੇ ਜਿਹੜਾ ਧੋਖਾ ਅਸਲੀ ਹੋ ਰਿਹਾ ਹੈ, ਜਿਹਦੇ ਨਾਲ ਇਹਦੀ ਸੈਂਕੜੇ ਸਾਲ ਦੀ ਜੋ ਉਮਰ ਹੈ ਵਿਅਰਥ ਜਾ ਰਹੀ ਹੈ, ਉਹ ਧੋਖੇ ਦਾ ਪਤਾ ਨਹੀਂ ਲੱਗਦਾ। ਉਹਦਾ ਪਤਾ ਉਸ ਵੇਲੇ ਲੱਗਦਾ ਜਦੋਂ ਸੰਸਾਰ ਤੋਂ ਜਾਣ ਲੱਗਦਾ, ਪਹਿਲਾਂ ਨਹੀਂ ਇਸ ਨੂੰ ਪਤਾ ਲੱਗਦਾ। ਪਹਿਲਾਂ ਲੱਗਦਾ ਲੇਕਿਨ ਐਸਾ ਇਹਨੂੰ ਠਗਮੂਰੀ ਚੜ੍ਹੀ ਹੁੰਦੀ ਹੈ ਮੋਹ ਦੀ, ਕਿ ਮੋਹ ਦੇ ਵਿੱਚ ਆਇਆ ਹੋਇਆ ਸਭ ਕੁਛ ਸਹਿੰਦਾ, ਬੁਢਾਪਾ ਆ ਜਾਂਦਾ, ਕੋਈ ਪੁੱਛਦਾ ਨਹੀਂ ਹੈ, ਤਾਕਤ ਘੱਟ ਜਾਂਦੀ ਹੈ, ਪੈਸਾ ਘੱਟ ਜਾਂਦਾ, ਮਨ ਦੀ ਮਰਜ਼ੀ ਕੋਈ ਨਹੀਂ ਕਰ ਸਕਦਾ, ਮਨ ਦੀ ਚੀਜ਼ ਕੋਈ ਖਾ ਨਹੀਂ ਸਕਦਾ। ਉਸ ਵੇਲੇ ਨਿਰਾਦਰ ਹੋਣਾ ਸ਼ੁਰੂ ਹੋ ਜਾਂਦਾ, ਜ਼ੋਰ ਨਹੀਂ ਚੱਲਦਾ, ਜਾਇਦਾਦ ਬੱਚੇ ਲੈ ਲੈਂਦੇ ਨੇ, ਲੇਕਿਨ ਉਹ ਮੋਹ ਵਿੱਚ ਆਇਆ ਹੋਇਆ ਇਸ ਗੱਲ ਨੂੰ ਬਹੁਤਾ ਨਹੀਂ ਮੰਨਦਾ। ਸੋ ਮਹਾਰਾਜ ਕਹਿੰਦੇ ਵੀ ਪਿਆਰੇ, ਉਹ ਦੋ ਜ਼ਿੰਦਗੀਆਂ ਨੇ, ਇੱਕ ਤਾਂ ਧੋਖੇ ਦੀ ਜ਼ਿੰਦਗੀ ਹੈ ਜਿਹਦੇ ਵੱਲ ਸਾਰਾ ਹੀ ਸੰਸਾਰ ਦੌੜਿਆ ਜਾ ਰਿਹਾ, ਹੇਠਾਂ ਜਾਲ ਵਿਛਿਆ ਹੋਇਆ ਤੇ ਫਸਦਾ ਹੀ ਜਾ ਰਿਹਾ। ਮਾਇਆ ਜਾਲ ਪਸਾਰਿਆ, ਮਹਾਰਾਜ ਕਹਿੰਦੇ ਜਾਲ ਕੋਲ ਲਾਉਣ ਵਾਲਾ ਕੌਣ ਹੈ? ਕਹਿੰਦੇ ਮਾਇਆ ਨੇ ਲਾਤਾ। ਕਹਿੰਦੇ ਮਾਇਆ ਜਾਲ ਵਿਛਾ ਲਿਆ, ਪੀਤਰ ਚੋਗ ਚੋਗ ਬਣਾਏ, ਮਾਇਆ ਨੇ ਬਹੁਤ ਵਧੀਆ ਜਾਲ ਵਿਛਾ ਤਾ, ਹੇਠਾਂ ਚੋਗ ਪਾ ਦਿੱਤਾ। ਕਿਹਾ ਜਾ ਚੋਗ ਪਾਤਾ ਦਾਣਿਆਂ ਦਾ ਨਹੀਂ? ਕਹਿੰਦੇ ਦਾਣਿਆਂ ਦੁਨੀਆਂ ਦਾ ਨਹੀਂ ਹੈ, ਉਹ ਚੋਗ ਵੀ ਇਹੋ ਜਿਹੀ ਹੈ, ਅਜਿਹੀ ਜੀ ਮਾਇਆ ਹੈ, ਉਹ ਹਜੇ ਚੋਗ ਹੈ। ਕਹਿੰਦੇ ਉਹਦੇ ਵਿੱਚ ਬੜੇ ਕਿਸਮ ਦੇ ਜਾਲ ਚੋਗੇ ਪਾ ਦਿੱਤੇ, ਕਿਤੇ ਸ਼ਬਦ ਦਾ ਚੋਗ ਹੈ, ਸਪਰਸ਼ ਦਾ ਚੋਗ ਹੈ, ਰੂਪ ਦਾ ਚੋਗ ਹੈ, ਰਸ ਦਾ ਚੋਗ ਹੈ, ਗੰਧ ਦਾ ਚੋਗ ਹੈ। ਗੱਲਾਂ ਸਮਝਣ ਵਾਲੀਆਂ ਨੇ, ਸਤਸੰਗ ਚਾਹੇ ਬਿਨਾਂ ਇਹਨਾਂ ਦਾ ਪਤਾ ਨਹੀਂ ਲੱਗਦਾ। ਕਾਮ ਦਾ ਚੋਗ, ਕ੍ਰੋਧ ਦਾ ਚੋਗ, ਲੋਭ ਦਾ, ਮੋਹ ਦਾ, ਹੰਕਾਰ ਦਾ, ਈਰਖਾ ਦਾ, ਨਿੰਦਿਆ ਦਾ, ਚੁਗਲੀ ਦਾ, ਆਸਾ ਦਾ, ਤ੍ਰਿਸ਼ਨਾ ਦਾ, ਅੰਦੇਸ਼ੇ ਦਾ, ਵਾਰ ਦਾ, ਵਿਰੋਧ ਦਾ, ਬੇਅੰਤ ਚੋਗ ਇਹ ਚੋਗ ਪਏ ਨੇ। ਇਹ ਪੰਛੀ ਫਸ ਜਾਂਦਾ, ਤ੍ਰਿਸ਼ਨਾ ਪੰਖੀ ਫਸਿਆ,
ਕ੍ਰਿਸ਼ਨਾ ਵਾਲਾ ਪੰਖੀਆ ਜਿਹੜਾ ਜੀਵ ਸੀ ਇਹਨਾਂ ਭੋਗਾਂ ਦੀਆਂ ਰੁਚੀਆਂ ਦੇ ਵਿੱਚ ਫਸ ਗਿਆ। ਹੁਣ ਫਸਿਆ ਹੋਇਆ ਨਿਕਲਦਾ ਨਹੀਂ ਹੈ। ਨਿਕਸ ਨਾ ਪਾਏ ਮਾਏ, ਹੇ ਮੇਰੀ ਮਾਂ, ਹੁਣ ਨਿਕਲਦਾ ਨਹੀਂ ਹੈ, ਕੀ ਕਰਿਆ ਜਾਵੇ। ਜਦ ਆਦਮੀ ਬਹੁਤ ਦੁਖੀ ਹੁੰਦਾ ਹੈ ਜਾਂ ਰੱਬ ਨੂੰ ਆਵਾਜ਼ ਮਾਰਦਾ ਹੈ ਜਾਂ ਮਾਂ ਨੂੰ ਮਾਰਦਾ, ਕਹਿੰਦੇ ਹੁਣ ਨਿਕਲ ਨਹੀਂ ਸਕਦਾ। ਧੋਖਾ ਵੀ ਕਿੱਡਾ ਹੋਇਆ ਉਹਦੇ ਨਾਲ, 83,99,999 ਜੂਨਾਂ ਦੇ ਵਿੱਚੋਂ ਲੰਘ ਕੇ ਆਇਆ ਸੀਗਾ। ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਚਿੱਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਆਇਆ ਸੀ ਲਾਹਾ ਲੈਣ ਵਾਸਤੇ, ਲੇਕਿਨ ਧੋਖੇ ਦੇ ਵਿੱਚ ਪੈ ਕੇ ਸਭ ਕੁਛ ਗੁਆ ਗਿਆ ਜੋ ਕੁਛ ਵੀ ਮਿਲਿਆ ਸੀ। ਵਾਹਿਗੁਰੂ ਨੇ ਰਾਸ ਦਿੱਤੀ ਸੀ 75 ਸਾਲ ਵਾਲੇ ਨੂੰ, 66,44,00,000 ਸਵਾਸ ਦਿੱਤੇ ਸੀ। 100 ਸਾਲ ਦੀ ਉਮਰ ਵਾਲੇ ਨੂੰ 88,66,000 ਸਵਾਸਾਂ ਦੀ ਰਾਸ਼ੀ ਦੇ ਕੇ ਭੇਜੀ ਸੀ। ਸੁੰਦਰ ਸਰੀਰ ਦੇ ਕੇ ਭੇਜਿਆ ਸੀ, ਰਿਸ਼ਟ ਪੁਸ਼ਟ, ਜਿਹਨੂੰ ਕੋਈ ਵੀ ਬਿਮਾਰੀ ਨਹੀਂ ਸੀ ਲੱਗਣੀ। ਲੇਕਿਨ ਇਹਦੀਆਂ ਨੰਗੈਲੀਆਂ ਧੋਖੇ ਚਾਏ ਹੋਏ ਨੇ, ਇਹੀਆਂ ਜਿਹੀਆਂ ਚੀਜ਼ਾਂ ਖਾ ਲਈਆਂ, ਇਹੋ ਜਿਹੀਆਂ ਕਲਪਨਾਵਾਂ ਕਰ ਲਈਆਂ ਜਿਹਦੇ ਨਾਲ ਸਰੀਰ ਰੋਗੀ ਹੋ ਗਿਆ। ਖਸਮ ਬਸਾਰ ਕੀਏ ਰਸਭੋਗ, ਜਦੋਂ ਰਸਭੋਗ ਕਰੇ ਉਸ ਤਨ ਦੇ ਵਿੱਚ ਰੋਗ ਉੱਠ ਕੇ ਖੜੇ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਇਹਨੂੰ ਬਹੁਤ ਸੁੰਦਰ ਸਰੀਰ ਦੇ ਕੇ ਭੇਜਿਆ ਸੀ, ਖਾਣੇ ਪੀਣੇ ਦਾ ਬੰਦੋਬਸਤ ਕਰਕੇ ਭੇਜਿਆ ਸੀ। ਲੇਕਿਨ ਇਹ ਧੋਖੇ ਵਿੱਚ ਆ ਗਿਆ, ਧੋਖੇ 'ਚ ਆਇਆ ਹੋਇਆ ਸਾਰੀ ਜ਼ਿੰਦਗੀ ਗੁਜ਼ਾਰ ਲੰਘ ਆਉਣ ਤੋਂ ਬਾਅਦ ਦੋਹੇ ਹੱਥ ਮਲਦਾ ਹੋਇਆ ਚਲਿਆ ਗਿਆ ਵੀ ਬਣਿਆ ਤਾਂ ਕੁਛ ਨਾ। ਸਾਧੂ ਸੰਤ ਹਾਕਾਂ ਮਾਰ ਮਾਰ ਕੇ ਦੱਸਦੇ ਸੀ ਵੀ ਤੂੰ ਖਬਰ ਹੋ ਜਾ, ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਆਵਾਜ਼ਾਂ ਦਿੰਦੇ ਸੀ ਤੇਰਾ ਅੰਮ੍ਰਿਤ ਲੁੱਟਿਆ ਜਾ ਰਿਹਾ, ਹੋਸ਼ ਵਿੱਚ ਆ, ਸਾਵਧਾਨ ਹੋ। ਉੱਚੀ ਉੱਚੀ ਬੋਲ ਬੋਲ ਦੱਸਦੇ ਸੀ, ਅਨੇਕਾਂ ਕਿਸਮਾਂ ਦੇ ਨਾਲ, ਅਨੇਕਾਂ ਹੀ ਤਰੀਕਿਆਂ ਦੇ ਨਾਲ ਸਮਝਾਉਂਦੇ ਸੀ। ਪਰ ਇਹ ਇੰਨਾ ਬੋਲਿਆ ਹੋ ਗਿਆ ਸੀ, ਮਾਇਆ ਧਾਰੀ ਆ, ਤੰਨਾ ਬੋਲਾ ਸ਼ਬਦ ਨਾ ਸੁਣੀ, ਬਹੁਤ ਰੋਲ ਕੁਚਲਾ, ਇੰਨਾ ਮਾਇਆ ਦੇ ਇਨਫਲੂਐਂਸ 'ਚ ਆ ਗਿਆ ਇਗਨੋਰੈਂਸ ਦੇ ਕਿ ਆਵਾਜ਼ ਕੰਨਾਂ ਤੋਂ ਗਾਹਾਂ ਲੰਘਦੀ ਨਹੀਂ ਹੈ, ਹਿਰਦੇ ਤੱਕ ਨਹੀਂ ਜਾਂਦੀ। ਸੋ ਆਵਾਜ਼ ਵਾਕਰ ਪੈ ਰਹੀ ਹੈ, ਆਵਾਜ਼ਾਂ ਦਿਨ ਰਾਤ ਆ ਰਹੀਆਂ, ਲੇਕਿਨ ਇਹ ਧੋਖੇ 'ਚ ਆਇਆ ਹੋਇਆ ਉਹ ਰਸ ਮਿੱਠੇ ਕਰ ਰਿਹਾ, ਮਿੱਠਾ ਕਰਕੇ ਮੰਨ ਰਿਹਾ, ਕਹਿੰਦਾ ਨਹੀਂ ਮੇਰੇ ਨਾਲ ਤਾਂ ਕੋਈ ਧੋਖਾ ਨਹੀਂ ਹੋ ਰਿਹਾ। ਸੋ ਮਹਾਰਾਜ ਕਹਿੰਦੇ ਐਂ ਇਹਦੇ ਨਾਲ ਧੋਖਾ ਹੋ ਰਿਹਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਵਾਰ ਆਈ ਤਾਂ ਸਿਮਰੀ। ਵੱਡਾ ਧੋਖਾ ਇਹ ਹੋ ਗਿਆ ਜਿਨ੍ਹਾਂ ਨੇ ਇਹਦਾ ਧਨ ਲੁੱਟਣਾ ਨਾਮ ਦਾ, ਅੰਮ੍ਰਿਤ ਦਾ ਖਜ਼ਾਨਾ ਲੁੱਟ ਲੈਣਾ ਇਹਨਾਂ ਨੇ। ਕਹਿੰਦੇ ਉਹਨਾਂ ਨਾਲ ਪਿਆਰ ਪਾ ਕੇ ਬਹਿ ਗਿਆ। ਇਹ ਜਿਹੜੇ ਪੰਜ ਪਹਿਰੇਦਾਰ ਸੀਗੇ, ਪੰਜ ਗਿਆਨ ਇੰਦਰੀ, ਉਹਨਾਂ ਨਾਲ ਹੀ ਰਲ ਗਏ। ਅੱਖਾਂ ਦਾ ਕੰਮ ਸੀ ਪਰਮੇਸ਼ਰ ਦੇਖਣਾ, ਲੇਕਿਨ ਇਹ ਅੱਖਾਂ ਆਪਣਾ ਬਗਾਨਾ ਰੂਪ ਕੁਰੂਪ ਦੇਖਦੀਆਂ। ਕੰਨ ਜਿਹੜੇ ਨੇ ਇਹਨਾਂ ਦਾ ਕੰਮ ਸੀਗਾ ਹਰੀ ਦਾ ਜਸ ਸੁਣਨਾ, ਲੇਕਿਨ ਇਹ ਚੀਜ਼ਾਂ ਗਲਤ ਸੁਣਦੇ ਆ, ਗਲਤ ਗਾਉਣੇ ਸੁਣਦੇ ਨੇ, ਨਿੰਦਿਆ ਦੀਆਂ ਗੱਲਾਂ ਸੁਣਦੇ ਨੇ। ਐਨੀ ਉਹਨਾਂ ਨਾਲ ਪੰਜ ਪਹਿਰੂਆ ਦਰਵੇਂ ਰਹਿਤੇ, ਪੰਜ ਪਹਿਰੇਦਾਰ ਪਰਮੇਸ਼ਰ ਨੇ ਬਿਠਾਏ ਸੀ ਵੀ ਧੋਖਾ ਨਾ ਹੋ ਜਾਵੇ, ਚੋਰ ਨਾ ਤੇਰੇ ਅੰਦਰ ਆ ਜਾਣ। ਇਹ ਪੰਜੇ ਪਹਿਰੇਦਾਰ ਚੋਰਾਂ ਨਾਲ ਰਲ ਗਏ। ਜਿਹੜਾ ਜੀਵਾਤਮਾ ਸੀ ਉਹ ਮਨ ਦੇ ਕੰਟਰੋਲ ਵਿੱਚ ਆ ਗਿਆ, ਮਨ ਨੇ ਆਪਣੇ ਅੰਦਰ ਹੇਠਾਂ ਲੈ ਲਿਆ, ਹੇਠਾਂ ਲੈ ਕੇ ਉਹ ਬੇਵਸ ਹੋ ਗਿਆ। ਉਹਨੂੰ ਐਸੀ ਬੂਟੀ ਸੰਘਾਤੀ ਕਿ ਉਹਨੂੰ ਹੋਸ਼ ਹੀ ਨਹੀਂ ਆਉਣ ਦਿੰਦੇ, ਉਹ ਧੋਖੇ ਵਿੱਚ ਆ ਗਿਆ। ਮਹਾਰਾਜ ਕਹਿੰਦੇ ਹੋਇਆ ਕਿ
ਇਹ ਜਿੰਨਾ ਜਿੰਨਾ ਜ਼ਿਆਦਾ ਉਡਾਰੀਆਂ ਮਾਰੀਆਂ ਓਨਾ ਹੀ ਦੁਖੀ ਹੋ ਗਿਆ। ਪੰਖੀ ਬਿਰਖ ਸੁਹਾਵਲੇ ਉਡਾ ਚਾਹੋ ਦਿਸ ਜਾਏ, ਉਡਾਰੀਆਂ ਮਾਰਦਾ, ਬੜੀਆਂ ਬੜੀਆਂ ਸਕੀਮਾਂ ਬਣਾਉਂਦਾ, ਬੜੀਆਂ ਬੜੀਆਂ ਗੱਲਾਂ ਕਰਦਾ ਹੈ, ਲੇਕਿਨ ਲਿਖੇ ਆਵੇ ਭਾਗ ਚੀਜ਼ ਤਾਂ ਉਹ ਹੱਥ ਆਉਣੀ ਆ ਜਿਹੜੀ ਭਾਗਾਂ 'ਚ ਲਿਖੀ ਹੋਈ ਹੈ। ਕਹਿੰਦੇ ਜੇ ਤਾਂ ਉਡੇ ਦੂਹ ਕਣੋ, ਜਿੰਨਾ ਉਡਾਰੀਆਂ ਮਾਰਦਾ ਹੈ ਓਨਾ ਹੀ ਦੁੱਖ ਹੈ। ਦਜੇ ਤੇ ਵਿਲਾਏ, ਫਿਰ ਦਜ ਦਜ ਜਿਹਨੂੰ ਕਹਿੰਦੇ ਨੇ, ਅੰਦਰ ਅੱਗ ਲੱਗੀ ਹੁੰਦੀ ਹੈ ਤੇ ਵਿਲਾਪ ਕਰਦਾ ਦੁਖੀ ਹੋ ਕੇ। ਸੋ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਇੱਕ ਬੜਾ ਭਾਰਾ ਧੋਖਾ ਹੋ ਰਿਹਾ ਹੈ, ਜਿਹਦੇ ਨਾਲ ਸਾਡਾ ਜੀਵਨ ਕਿਸੇ ਦਾ ਬਤੀਤ ਹੋਣ ਦੇ ਨੇੜੇ ਆ ਗਿਆ, ਕਿਸੇ ਦਾ ਅੱਧ 'ਚ ਪਹੁੰਚ ਗਿਆ, ਕਿਸੇ ਦਾ ਸ਼ੁਰੂ ਹੋਇਆ, ਲੇਕਿਨ ਸਾਰੇ ਹੀ ਧੋਖੇ ਦੇ ਅੰਦਰ ਚੱਲਦੇ ਨੇ। ਕਹਿੰਦੇ ਮਾਇਆ ਨੂੰ, ਮਾਇਆ ਦੀ ਠਗਮੂਰੀ ਮਹਾਰਾਜ ਬਾਣੀ 'ਚ ਵਾਰ ਵਾਰ ਲਿਖਦੇ ਆ ਵੀ ਠਗਮੂਰੀ ਚੜ੍ਹ ਕੇ ਆ ਗਈ, ਠੱਗਾਂ ਦੀ ਬੂਟੀ ਇਹਨੂੰ ਸੰਘਾ ਦਿੱਤੀ ਗਈ। ਸੋ ਜਿਹੜਾ ਇਹਦੇ ਹਰ ਵਕਤ ਨਾਲ ਇਹਦਾ ਹੇਤੂ ਸੀ, ਹਰ ਵਕਤ ਰੱਖਦਾ ਸੀ, ਜਿਹਦੀ ਕਿਰਪਾ ਦੇ ਨਾਲ ਸੁੰਦਰ ਘਰ ਮਿਲੇ ਨੇ, ਸੁੰਦਰ ਸਰੀਰ ਮਿਲਿਆ, ਪੀਣ ਵਾਲਾ ਪਾਣੀ ਮਿਲਿਆ, ਨਹੀਂ ਪਾਣੀਓ ਨਹੀਂ ਮਿਲਦਾ, ਕਹਿੰਦੇ ਪੋਲਿਊਟ ਹੋ ਗਿਆ ਜੀ, ਮੋਹਾਲੀ ਪਾਣੀ ਨਾ ਪੀਓ, ਨਲਕਾ ਲਾ ਕੇ ਇਹਦੇ ਅੰਦਰ ਫੈਕਟਰੀਆਂ ਦਾ ਜ਼ਹਿਰੀਲਾ ਮਾਦਾ ਦਾਖਲ ਹੋ ਗਿਆ, ਪਾਣੀ ਖੋਲਿਆ ਸਾਤੇ, ਹਵਾ ਖੋਲੀ, ਕਹਿੰਦੇ ਇਹਦੇ ਵਿੱਚ ਜ਼ਹਿਰੀਲਾ ਧੂੰਆਂ ਮਿਲ ਗਿਆ, ਹੋਰ ਚੀਜ਼ਾਂ ਖੁਰਾਕਾਂ ਖੋਲੀਆਂ ਵੀ ਮਿਲਾਵਟਾਂ ਹੋ ਗਈਆਂ। ਉਹ ਵਾਹਿਗੁਰੂ ਨੇ ਸਾਨੂੰ ਸ਼ੁੱਧ ਦਿੱਤਾ ਸੀ, ਸਭ ਕੁਛ ਹਰ ਚੀਜ਼ ਦਿੱਤੀ ਸੀ, ਤੇ ਅੱਖਾਂ ਦੇਖਣ ਨੂੰ ਦਿੱਤੀਆਂ, ਕੰਨ ਸੁਣਨ ਨੂੰ ਦਿੱਤੇ, ਕਾਰੋਬਾਰ ਕਰਨ ਨੂੰ ਸ਼ਕਤੀ ਪਾਈ। ਸੋ ਉਹ ਜਿਹੜਾ ਹੈ ਮਹਾਰਾਜ ਕਹਿੰਦੇ ਐਡਾ ਗਾਫਲ ਹੋਇਆ ਹੋਇਆ ਕਿ ਉਹਨੂੰ ਚਿੱਤ 'ਚ ਵੀ ਨਹੀਂ ਲਿਆਉਂਦਾ, ਕਦੇ ਧਿਆਨ ਵਿੱਚ ਨਹੀਂ ਲਿਆਉਣ ਦੀ ਕੋਸ਼ਿਸ਼ ਕਰਦਾ, ਔਰ ਰਹਿੰਦਾ ਨਾਲ ਹੈ ਸੰਗ ਸਾਹੀ ਸੋ ਆਵੇ ਨਾ ਚੀਜ਼, ਇੰਨਾ ਨੇੜੇ ਰਹਿੰਦਾ। ਕਹਿੰਦੇ ਜਦੋਂ ਇਹ ਦੇਖਦਾ ਹੈ ਮਹਾਰਾਜ, ਕਹਿੰਦੇ ਅਸੀਂ ਦੱਸ ਦਿੰਦੇ ਹਾਂ ਕਿੰਨਾ ਨੇੜੇ ਰਹਿੰਦਾ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਤੇ ਸਦਾ ਤੇ ਆਈ। ਸਾਰਿਆਂ ਦੇ ਅੰਦਰ ਰਵਿਆ ਪਿਆ, ਜਿਵੇਂ ਬਲੱਡ ਚੱਲਦਾ ਸਾਡਾ, ਸਾਨੂੰ ਨਹੀਂ ਪਤਾ ਵੀ ਸਾਡਾ ਬਲੱਡ ਕਿੰਨੇ ਗੇੜੇ ਖਾਂਦਾ, ਹਾਰਟ ਸਾਡਾ ਜਿਹੜਾ ਇੱਕ ਮਿੰਟ ਦੇ ਅੰਦਰ ਕਿੰਨੇ ਗੈਲਨ ਬਲੱਡ ਨੂੰ ਚੱਕ ਕੇ ਮਾਰਦਾ, ਤੇ ਦੂਜਾ ਕਾਰਖਾਨਾ ਜਿਹੜਾ ਬਲੱਡ ਦਾ ਹੇਠਾਂ ਲੱਗਿਆ ਹੋਇਆ, ਕਿੰਨੀ ਫੁਰਤੀ ਦੇ ਨਾਲ ਉਹ ਬਲੱਡ ਦੇ ਵਿੱਚ ਜਿਹਦੇ 'ਚ ਕਾਰਬਨ ਰਲੀ ਹੋਈ ਆ ਆਕਸੀਜਨ ਭਰ ਕੇ ਉਹਨੂੰ ਸਾਫ਼ ਸਾਫ਼ ਕਰ ਦਿੰਦਾ। ਅਸੀਂ ਨਹੀਂ ਜਾਣਦੇ ਇਸ ਗੱਲ ਨੂੰ, ਡਾਕਟਰ ਦੱਸਦੇ ਨੇ ਵੀ ਆਏ ਹੈ ਭਾਈ ਐਂ ਹੋ ਰਿਹਾ। ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਨਹੀਂ ਜਾਣਦੇ ਵਾਹਿਗੁਰੂ ਦੀਆਂ ਬਰਕਤਾਂ ਨੂੰ ਵੀ ਕਿੰਨੀਆਂ ਬਰਕਤਾਂ ਸਾਨੂੰ ਹਰ ਥਾਂ ਦਿੰਦਾ, ਕਿੰਨੀ ਸ਼ੁੱਧ ਚੀਜ਼ ਦਿੰਦਾ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ ਕਿ ਉਹਨੂੰ ਦਿਮਾਗ ਵਿੱਚ ਵੀ ਨਹੀਂ ਲਿਆਉਂਦਾ, ਯਾਦ ਵੀ ਨਹੀਂ ਕਰਦਾ, ਜੇ ਕੋਈ ਕਹੇ ਕਹਿੰਦਾ ਇਹ ਤਾਂ ਫਜ਼ੂਲ ਗੱਲਾਂ ਨੇ। ਸੋ ਇਹਦੇ ਨਾਲ ਸੰਗ ਸਹਾਈ ਸੁਭਾਵੇ ਨਾ ਚੀਤ, ਜੋ ਵੈਰ ਆਈ ਤਾਂ ਸੇ ਉਪਰੀਤ, ਜਿਹਨਾਂ ਨੇ ਵੈਰ ਕਰਨਾ ਦੁਖੀ ਕਰਨਾ। ਕਾਮ ਹੈ ਆਦਮੀ ਨੂੰ ਬੜਾ ਪਿਆਰਾ ਲੱਗਦਾ, ਲੇਕਿਨ ਮਹਾਰਾਜ ਕਹਿੰਦੇ ਤੈਨੂੰ ਕਿੰਨਾ ਧੋਖਾ ਦਿੱਤਾ ਇਸਨੇ, ਇੱਕ ਨਿਮ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵ, ਕਰੋੜਾਂ ਦਿਨ ਤੈਨੂੰ ਨਰਕਾਂ ਚ ਘੁੰਮਣਾ ਪਏਗਾ। ਮਾੜੀ ਜੀ ਗੱਲ ਵਿੱਚ ਕਿੱਡਾ ਧੋਖਾ ਹੋ ਗਿਆ, ਲੋਭ ਦੇ ਵਿੱਚ ਕਿੱਡਾ ਧੋਖਾ ਹੋ ਗਿਆ, ਮੋਹ ਚ ਕਿੱਡਾ ਧੋਖਾ ਹੋ ਗਿਆ, ਬਾਰ ਬਾਰ ਉਸੇ ਘਰ ਦੇ ਅੰਦਰ ਕੁੱਤਾ ਵੇਲਾ ਬਣ ਕੇ ਜੰਮਣਾ ਪੈਂਦਾ, ਉਸੇ ਘਰ ਦੇ ਵਿੱਚ ਆਉਣਾ ਪੈਂਦਾ ਜਿੱਥੇ ਮੋਹ ਹੁੰਦਾ, ਵੱਡੀ ਹਜ਼ਾਰਾਂ ਸਾਲ ਪ੍ਰੇਤ ਦੀ ਜੂਨੀ ਪਾ ਕੇ ਉਹਦੇ ਵਿੱਚ ਰਹਿਣਾ ਪੈਂਦਾ। ਅੰਤਕਾਲ ਜੋ ਮੰਦਰ ਸਿਮਰਿਆ ਐਸੀ ਚਿੰਤਾ ਮੈਂ ਜੇ ਮਰਿਆ, ਪ੍ਰੇਤ ਜੋਨ ਵੱਲ ਵੱਲ ਉਤਰਿਆ, ਕਿੱਡਾ ਧੋਖਾ ਹੋ ਗਿਆ, ਪ੍ਰੇਤ ਬਣਾ ਦਿੱਤਾ, ਧੋਖੇ ਨੇ। ਜਾਣਾ ਤਾਂ ਵਾਹਿਗੁਰੂ ਦੇ ਦੁਆਰੇ ਸੀ, ਮਿਲੀ ਤਾਂ ਇਸ ਕਰਕੇ ਸੀ, ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਹਨੂੰ ਤਾਂ ਮਿਲ ਨਾ ਸਕੇ, ਭੂਤ ਬਣ ਗਏ। ਇਹ ਦੇਹੀ ਨੂੰ ਦੇਵਤੇ ਲੋਚਦੇ ਸੀ, ਗੁਰਸੇਵਾ ਤੇ ਭਗਤ ਨੂੰ ਆਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇ।
ਐਡੀ ਉੱਤਮ ਦੇਹੀ ਪ੍ਰਾਪਤ ਕਰਕੇ ਗੁਰੂ ਹਾਕਾ ਮਾਰਦਾ ਹੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾ। ਕਹਿੰਦੇ ਜੀ ਮੈਂ ਤਾਂ ਲੰਘ ਗਈ ਮੇਰੀ ਉਮਰ, ਕਹਿੰਦੇ ਅਜੇ ਵੀ ਤੈਨੂੰ ਟਾਈਮ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਆਇਆ, ਜਦੋਂ ਬੁਢਾਪੇ ਦਾ ਜਦ ਤੱਕ ਰੋਗ ਨਹੀਂ ਲੱਗਿਆ ਪਿਆਰਿਆ, ਜਦ ਤੱਕ ਤੈਨੂੰ ਕਾਲ ਨੇ ਨਹੀਂ ਫੜਿਆ ਅਜੇ ਤੱਕ, ਐਸੀ ਕਿਲਰ ਡਿਜ਼ੀਜ਼ ਨਹੀਂ ਲੱਗੀ, ਜਬ ਲਗ ਵਿਕਲ ਭਈ ਨਹੀਂ ਬਾਣੀ, ਜਿੰਨਾ ਚਿਰ ਤੂੰ ਸ਼ੁੱਧ ਬੋਲ ਸਕਦਾ ਅੱਖਰ ਭਜ ਲੇ ਰੇ ਮਨ ਸਾਰੰਗ ਬਾਣੀ। ਜਿਵੇਂ ਪਪੀਆ ਨਹੀਂ ਤਾਂ ਦੇਖਿਆ, ਜਦ ਉਹਨੂੰ ਸਵੰਤੀ ਬੂੰਦ ਦੀ ਪਿਆਸ ਲੱਗੀ ਹੁੰਦੀ ਹੈ, ਫਿਰ ਉਹ ਟਿਕਦਾ ਨਹੀਂ ਹੁੰਦਾ, ਇੱਕੋ ਸਾਹ ਕਹੀ ਜਾਂਦਾ ਫਿਰੋ 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 ਫਿਰੋ। ਕਹਿੰਦੇ ਆ ਇਹਦੇ ਵਾਸਤੇ ਤੂੰ ਆਇਆ, ਲੇਕਿਨ ਤੇਰੇ ਨਾਲ ਬੜਾ ਭਾਰਾ ਧੋਖਾ ਹੋਣ ਕਰਕੇ ਸੰਗ ਸਵਾਈ ਸਵਾਵੇ ਨਾ ਚੀਤ, ਜੋ ਵੈਰ ਆਈ ਤਾਂ ਸਬਰੇ ਬਲੂਆ ਕੇ ਗ੍ਰਹਿ ਪਿੱਤਰ। ਜਿਹੜਾ ਤੂੰ ਕਹਿੰਦਾ ਵੀ ਮੈਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਰੱਖਦਾ, ਕਹਿੰਦੇ ਇਹ ਤਾਂ ਰੇਤੇ ਦੀਆਂ ਕੰਧਾਂ ਹੈ ਤੇਰੀਆਂ, ਤੈਂ ਛੱਡ ਜਾਣਾ ਇਸ ਸਥਾਨ ਨੂੰ, ਤੈਂ ਰਹਿਣਾ ਨਹੀਂ ਸਦਾ ਵਾਸਤੇ। ਅੰਧਕੇਲ ਮਾਇਆ ਰੰਗ ਰਸੈ, ਕਹਿੰਦੇ ਐਡਾ ਮੂਰਖ ਹੈ ਜੇ ਕੋਈ ਬੰਦਾ ਰੇਤੇ ਦੀ ਕੰਧ ਕੱਕੇ ਰੇਤੇ ਦੀ ਬਣਾ ਕੇ ਢੇਰ ਲਾ ਕੇ ਉਹਦੇ ਉੱਤੇ ਸਤੀਰ ਪਾ ਲਵੇ, ਥੱਲੇ ਬੈਠ ਕੇ ਮੌਜਾਂ ਮਾਣੇ, ਬਾਹਰ ਚਲਦੀ ਹੋਵੇ ਹਨੇਰੀ, ਉਹ ਹਨੇਰੀ ਕੀ ਕਰੇਗੀ, ਸਾਰੀ ਜਿਹੜਾ ਰੇਤਾ ਇਹਨੂੰ ਉਡਾਉਣਾ ਸ਼ੁਰੂ ਕਰ ਦੇਗੀ। ਜੇ ਮੀਂਹ ਦਾ ਸਰਾਪਾ ਆ ਜਾਵੇ ਉਸੇ ਵੇਲੇ ਥੱਲੇ ਆਜੂ ਛੱਡ ਦੇ। ਕਹਿੰਦੇ ਅੱਜ ਅਜੀਬ ਦੀ ਅਕਲ ਹੈ, ਵੱਡਾ ਪੜ੍ਹਦਾ ਹੈ ਲਿਖਦਾ ਪੀ ਐਚ ਡੀ ਕਰੀ ਹੈ, ਮੈਂ ਫਲਾਣੀ ਡਿਗਰੀ ਕਰੀ ਹੈ, ਮੈਂ ਇੰਨਾ ਅਕਲਾਂ ਲੋਕਾਂ 'ਚ ਗੱਲਾਂ ਮਾਰਦਾ। ਕਹਿੰਦੇ ਆ ਇਹਦੀ ਹਾਲਤ ਹੈ, ਇਹ ਦੇਖ ਹੀ ਨਹੀਂ ਸਕਦਾ ਵੀ ਮੈਂ ਬੈਠਾ ਕਿੱਥੇ ਹਾਂ। ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਦ੍ਰਿੜ ਕਰਕੇ ਮਨ ਦੇ ਵਿੱਚ ਪ੍ਰਤੀਤ ਮੰਨਦਾ ਵੀ ਮੈਂ ਨਹੀਂ ਸੰਸਾਰ ਤੋਂ ਜਾਣਾ, ਕਾਲ ਨਾ ਆਵੇ ਮੂਹੜੇ 'ਚ। ਕਹਿੰਦੇ ਐਡਾ ਧੋਖਾ, ਟਲ ਸੱਚਾਈ ਨੂੰ ਹਰ ਵਕਤ ਭੁੱਲਿਆ ਰਹਿੰਦਾ, ਆਪਣੇ ਸਰੀਰ ਨੂੰ ਸ਼ਿੰਗਾਰਦਾ ਰਹਿੰਦਾ, ਸਰੀਰ ਦੇ ਵਿੱਚ ਸਮਝਦਾ ਆਪਣੇ ਆਪ ਨੂੰ, ਆਇਆ ਸੀ ਕੁਛ ਕਰਨ ਵਾਸਤੇ, ਲੇਕਿਨ ਇੱਥੋਂ ਦੋਵੇਂ ਹੱਥ ਝੋੜ ਕੇ ਝਾੜ ਕੇ ਜਵਾਰੀ ਜਾ ਰਿਹਾ। ਸੋ ਮਹਾਰਾਜ ਕਹਿੰਦੇ ਪਿਆਰੇ ਹੋ, ਇਹ ਧੋਖੇ ਨੇ ਜਿਹੜੇ ਜੀਵ ਨਾਲ ਹੋ ਰਹੇ ਨੇ, ਅਤੇ ਜਿਹੜਾ ਜੀਵਨ ਹੈ ਇਸ ਦਾ ਪਰਮੇਸ਼ੁਰ ਨੂੰ ਭੁੱਲਣ ਤੋਂ ਜਿਉਂਦਾ। ਕਹਿੰਦੇ ਹਰ ਵਿਸਰ ਸਦਾ ਖੁਆਰੀ, ਵਾਹਿਗੁਰੂ ਨੂੰ ਭੁੱਲ ਕੇ ਸਦਾ ਆਲਵੇਜ ਖੁਆਰੇ ਖੁਆਰ ਹੁੰਦਾ ਰਹਿੰਦਾ, ਕਦੇ ਨਹੀਂ ਇਹਨੂੰ ਆਏਗਾ ਕਿਉਂਕਿ ਧੋਖੇ ਵਿੱਚ ਆਇਆ ਹੈ। ਪਰ ਕਹਿੰਦੇ ਧੋਖੇ ਤੋਂ ਬਚਦਾ ਕੌਣ ਹੈ, ਤਾਂ ਕੋ ਧੋਖਾ ਕਹਾਂ ਵਿਆਪਾ ਹੈ, ਜਾਂ ਕੋ ਓਟ ਤਹਾਰੀ, ਜਿਹੜਾ ਵਾਹਿਗੁਰੂ ਦੀ ਓਟ ਵਿੱਚ ਆ ਜਾਵੇ ਉਹ ਸਾਰੇ ਧੋਖਿਆਂ ਤੋਂ ਬਚ ਜਾਂਦਾ। ਫਿਰ ਕਹਿੰਦੇ ਧੋਖਾ ਵੀ ਮੈਂ ਨੌਵਾਂ ਖੰਡਾਂ ਦਾ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ, ਸਾਰੇ ਮੇਰੇ ਹੁਕਮ ਵਿੱਚ ਚੱਲ ਜਾਣ, ਸਾਰੀ ਦੌਲਤ ਮੇਰੇ ਕਾਬੂ ਆ ਜਾਵੇ, ਕੀ ਕਰੇਗਾ। ਮਹਾਰਾਜ ਕਹਿੰਦੇ ਤੀਨ ਸੇ ਦਿਹਾੜੀ ਕਾ ਮਹਿਮਾਨ, ਅਵਰ ਵਸਤੂ ਚ ਪਾਏ ਮਾਨ, ਡਾਕਟਰ ਟੀਕਾ ਹੀ ਲਾਉਂਦੇ ਰਹਿਣਗੇ, ਕਦੇ ਕੁਛ ਵਿਗੜ ਜਾਣਾ ਕਦੇ ਕੁਛ ਵਿਗੜ ਜਾਣਾ, ਤੈਨੂੰ ਸਵਾਦ ਨਹੀਂ ਆਉਣਾ ਇੰਨੀ ਮਾਇਆ ਦਾ, ਦਮਣਾ ਤਿਸੀਗਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਬਹੀ ਪਿਸ਼ਤ ਜਾਏ। ਕਹਿੰਦੇ ਇਹ ਤਾਂ ਗੁਜਰਾਨ ਵਾਸਤੇ ਹੋਇਆ ਕਰਦਾ, ਜਿੰਨਾ ਲੋੜ ਹੈ ਵਰਤ ਲੈ, ਬਾਕੀ ਵੰਡ ਲੈ ਸੰਸਾਰ ਦੇ ਸੁੱਖ ਵਾਸਤੇ, ਨਵਾਂ ਖੰਡਾਂ ਦਾ ਰਾਜ ਤੈਨੂੰ ਕੀ ਕਰੇਗਾ, ਅਤੇ ਫਿਰ ਕੀ ਹੋਏਗਾ ਜਦੋਂ ਐਂਡ ਆਏਗਾ ਤੇਰੀ ਲਾਈਫ ਦਾ, ਤੂੰ ਹਾਰ ਕੇ ਜਾਏਗਾ ਜਿੱਤ ਕੇ ਨਹੀਂ ਜਾਏਗਾ, ਤੈਨੂੰ ਰਾਜ ਦੇ ਭੁਲੇਖੇ ਨੇ ਹਰ ਜ਼ਿੰਦਗੀ ਦੇ ਵਿੱਚੋਂ ਹਾਰ ਬਖਸ਼ ਦਿੱਤੀ, ਜਿੱਤ ਨਾ ਬਖਸ਼ੀ, ਹਾਰ ਜਿੱਤ ਤੇਰੀ ਤਾਂ ਸੀ ਜੇ ਤੂੰ ਪਰਮੇਸ਼ੁਰ ਦਾ ਨਾਮ ਜਪਦਾ। ਫਿਰ ਇਹ ਸੀਗਾ ਵੀ ਸਾਰੀ ਦੁਨੀਆਂ 'ਚ ਧਨ ਧਨ ਹੋਣਾ ਸੀ, ਧਨ ਧਨ ਕਹਿ ਸਭ ਕੋਏ, ਮੁੱਖੋ ਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਆ। ਸੋ ਅਖੀਰ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ ਵੀ ਆਹ ਜੀਵ ਦਾ ਹਾਲ ਦੀ ਹਾਲਤ ਹੋ ਰਹੀ ਹੈ, ਅਤੇ ਇਹਦਾ ਜੀਵਨ ਹੈ ਕਿਹਾ ਜਿਹਾ, ਬਿਨ ਸਿਮਰਨ ਜੋ ਜੀਵਨ ਵੱਲ ਨਾ ਸਰਪ ਜੈਸੇ ਆਰ ਜਾ ਰਹੀ।
ਜਿਵੇਂ ਸੱਪ ਵੱਡੀ ਉਮਰ ਦਾ ਕਹਿੰਦੇ ਨੇ, ਸੱਪ ਦੀ ਉਮਰ ਹਜ਼ਾਰਾਂ ਸਾਲ ਤੋਂ ਵੀ ਲੱਖਾਂ ਦੀ ਦੱਸਦੇ ਨੇ। ਬੜੇ ਬੜੇ ਸੱਪ ਕਹਿੰਦੇ ਪਏ ਨੇ ਖਜ਼ਾਨਿਆਂ ਦੇ ਨੇੜੇ, ਕਿਉਂਕਿ ਉਹ ਠੰਡੇ ਹੁੰਦੇ ਨੇ, ਖੱਡਾਂ ਖੁੱਡਾਂ ਕੱਢ ਲੈਂਦੇ ਨੇ ਜੀਵ, ਉੱਥੇ ਜਾ ਕੇ ਆਪਣਾ ਲਾ ਲੈਂਦੇ ਨੇ। ਸੋ ਕਹਿੰਦੇ ਇਸ ਤਰ੍ਹਾਂ ਜਿਵੇਂ ਵੱਡੀ ਉਮਰ ਦਾ ਸੱਪ ਜ਼ਹਿਰ ਦੇ ਨਾਲ ਹਰ ਵਕਤ ਜਲਦਾ ਰਹਿੰਦਾ ਹੈ, ਜ਼ਹਿਰ ਹੈ ਵੀ ਉਹਦੇ ਜਿੱਥੇ ਜੀਵ ਹੈ ਉਹਦੇ ਨਾਲ ਜ਼ਹਿਰ ਲੱਗੀ ਹੋਈ ਹੈ, ਉਹ ਇੰਨੀ ਤਪਸ਼ ਕਰਦੀ ਹੈ, ਇੰਨਾ ਸਾੜਦੀ ਹੈ, ਦੁਖੀ ਹੁੰਦਾ ਬਹੁਤ। ਕਹਿੰਦੇ ਇਸ ਤਰ੍ਹਾਂ ਦੇ ਨਾਲ ਇਹ ਬੰਦਾ ਕਹਿੰਦੇ ਦੁਖੀ ਹੁੰਦਾ ਵਾਹਿਗੁਰੂ ਨੂੰ ਭੁੱਲ ਕੇ, ਅਤੇ ਇਹਦਾ ਜਿਹੜਾ ਜੀਵਨ ਹੈ ਉਹ ਬਲਨਾ ਹੈ, ਬਲਨਾ ਬਲਨੇ ਦਾ ਸਾਨੂੰ ਅਰਥ ਨਹੀਂ ਆਉਂਦਾ ਵੀ ਬਲਨਾ ਕਾਸ ਨੂੰ ਕਹਿੰਦੇ। ਹਰ ਚੀਜ਼ ਬਲ ਰਹੀ ਹੈ ਜਿੰਨੀ ਦੁਨੀਆਂ ਦੇ ਅੰਦਰ, ਧਰਤੀ ਬਲ ਰਹੀ ਹੈ, ਇਹਦੇ ਪੇਟ ਦੇ ਅੰਦਰ ਬੇਅੰਤ ਲਾਵਾ ਪਿਆ, ਉਹ ਜੇ ਨਾ ਬਲਦੀ ਹੋਵੇ ਕੁਛ ਵੀ ਨਹੀਂ ਰਹਿੰਦਾ। ਇਸੇ ਤਰ੍ਹਾਂ ਸਾਡਾ ਸਰੀਰ ਬਲਦਾ 98 ਡਿਗਰੀ ਦੇ ਉੱਤੇ, ਹਰ ਵਕਤ ਟੈਂਪਰੇਚਰ ਰਹਿੰਦੀ ਹੈ, ਪਰ ਇਹ ਬਲਨੇ ਦੀ ਡਿਗਰੀ ਇੰਨੀ ਵੱਧ ਜਾਂਦੀ ਹੈ ਜੇ ਬੁਖਾਰ ਚੜ ਜਾਵੇ ਸਰੀਰ ਬਲਣਾ ਸ਼ੁਰੂ ਹੋ ਜਾਂਦਾ, ਉਸ ਵੇਲੇ ਆਦਮੀ ਦੁਖੀ ਹੁੰਦਾ, ਕਰਾਉਂਦਾ ਹਾਏ ਹਾਏ ਕਰਦਾ, ਕਿਉਂਕਿ ਸਰੀਰ ਬਲ ਰਿਹਾ ਉਹਦਾ। ਕਹਿੰਦੇ ਬਗੈਰ ਸਿਮਰਨ ਤੋਂ ਜਿਹੜਾ ਮਨ ਹੈ ਇਹਦਾ ਬਲਦਾ ਰਹਿੰਦਾ ਹਰ ਵਕਤ, ਚਾਹੀਦਾ ਤਾਂ ਇਹ ਸ਼ਾਂਤ ਸੀ, ਸ਼ਾਂਤ ਹੋਇਆ ਹੋਇਆ ਆਨੰਦ ਲੈਂਦਾ, ਅੰਮ੍ਰਿਤ ਦੇ ਸਰੋਵਰ ਦੇ ਕੰਢੇ ਰਹਿ ਕੇ ਪੂਰਨ ਆਨੰਦ ਵਿੱਚ ਰਹਿੰਦਾ, ਲੇਕਿਨ ਬਲਨਾ ਚ ਪਿਆ ਹੋਇਆ, ਇਹਨੂੰ ਤ੍ਰਿਸ਼ਨਾ ਜਲ ਰਹੀ ਹੈ। ਕਹਿੰਦੇ ਅੱਗ ਹੁੰਦੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋੜੇ ਲਾਹ ਕਰੋੜੇ, ਕਹਿੰਦੇ ਕਰੋੜ ਰੁਪਈਆ ਜੋੜ ਲਿਆ, ਫਿਰ ਕਹਿੰਦੇ 100 ਖਰਬ ਜੋੜ ਲਿਆ, ਮਨ ਨਾ ਹੋ ਰਿਹਾ ਜੇ ਵੀ ਮਨ ਨਹੀਂ ਠਹਿਰਦਾ, ਪਰੇ ਪਰੇ ਹੀ ਕੋਈ ਲੂਜੇ। ਕਹਿੰਦੇ ਐਸੀ ਅੱਗ ਹੈ ਜਿਹੜੀ ਬੁਝਣ ਚ ਨਹੀਂ ਆਉਂਦੀ। ਕਹਿੰਦੇ ਨਾਮ ਤੇ ਬਗੈਰ ਸਰੀਰ ਬਲਦਾ ਹੈ, ਬਲ ਰਿਹਾ, ਅੰਦਰੋਂ ਜਲ ਰਿਹਾ, ਹਰ ਵਕਤ ਜਲ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰੇ ਹੋ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰ ਦੇਵੇ ਉਹਦੇ ਅੰਦਰ ਵਾਹਿਗੁਰੂ ਦਾ ਪਿਆਰ ਪੈਦਾ ਹੁੰਦਾ, ਉਹਨੂੰ ਸੋਝੀ ਆਉਂਦੀ ਹੈ ਵੀ ਮੈਂ ਕਿਸ ਕੰਮ ਕਰਨ ਵਾਸਤੇ ਆਇਆ ਸੰਸਾਰ ਦੇ ਅੰਦਰ। ਫਸਟ ਪ੍ਰਾਇਰਿਟੀ ਉਹਨੂੰ ਦਿੰਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਆਵਰ ਕਾਜ ਤੇਰੇ ਕਿਤੇ ਨਾ ਕੰਮ, ਵਰਥਲੈਸ ਨੇ ਸਾਰੇ ਕੰਮ ਜੇ ਤੂੰ ਪਰਮੇਸ਼ੁਰ ਦੇ ਮਿਲਾਪ ਦੇ ਵਾਸਤੇ ਯਤਨ ਨਹੀਂ ਕਰ। ਮਿਲ ਸਾਧ ਸੰਗਤ ਭੱਜ ਕੇ ਬੰਦਾ, ਕਹਿੰਦੇ ਸਾਧੂ ਦੀ ਸੰਗਤ ਚ ਜਾ। ਸਾਧੂ ਕੌਣ ਹੁੰਦਾ ਹੈ, ਸੰਤ ਕੌਣ ਹੁੰਦਾ ਹੈ, ਕਹਿੰਦੇ ਜਿਹਨੂੰ ਵਾਹਿਗੁਰੂ ਨਾ ਕਦੇ ਵੀ ਭੁੱਲਦਾ ਹੋਵੇ, ਉਹਦੇ ਅੰਦਰ ਲਾਈਟ ਹੁੰਦੀ ਹੈ, ਪ੍ਰਕਾਸ਼ ਹੁੰਦਾ, ਉਹਦੇ ਵਿੱਚੋਂ ਜਦੋਂ ਉਹ ਵਚਨ ਕਰੇਗਾ ਉਹ ਸ਼ੁੱਧ ਵਚਨ ਹੁੰਦਾ, ਚਾਹੇ ਕਿਸੇ ਕਿਤਾਬ ਨੂੰ ਪੜਿਆ ਹੋਵੇ ਉਹਨੇ, ਚਾਹੇ ਨਾ ਪੜਿਆ ਹੋਵੇ, ਅੰਦਰੋਂ ਪ੍ਰਕਾਸ਼ ਚ ਬੋਲਦਾ। ਉਹ ਜਿਹੜੇ ਨੇ ਉਹ ਹਰ ਵਕਤ ਪਰਮੇਸ਼ੁਰ ਦੇ ਨਾਮ ਨਾਲ ਰੱਤੇ ਰਹਿੰਦੇ ਨੇ, ਉਹਨਾਂ ਦੀ ਸੰਗਤ ਜਾ ਤੋਂ, ਉਹਨਾਂ ਦੀ ਸੰਗਤ ਜਾ ਕੇ ਹੋਰ ਚੀਜ਼ਾਂ ਨਵਾਂਗੇ, ਮੈਨੂੰ ਆਹ ਮਿਲ ਜੇ, ਮੈਨੂੰ ਆਹ ਮਿਲ ਜੇ, ਮਿਲ ਤਾਂ ਸਭ ਕੁਝ ਜਾਂਦਾ, ਲੇਕਿਨ ਅਸਲੀ ਚੀਜ਼ ਧਿਆਨ ਦੇ, ਤੂੰ ਨਾਮ ਦਾ ਸਿਮਰਨ ਕਰ, ਬੰਦਗੀ ਵੱਲ ਚਿੱਤ ਲਾ, ਨਾਮ ਵੱਲ ਚਿੱਤ ਲਾ, ਫੁਰਨੇ ਛੱਡ ਦੇ, ਮਨ ਜਿਹੜਾ ਤੇਰਾ ਦੌੜਦਾ ਛਾਲਾ ਮਾਰਦਾ ਇਹਨੂੰ ਰੋਕ ਲੈ, ਰੋਕ ਕੇ ਉਹਦੇ ਨਾਲ ਲਾ, ਜਿਹੜਾ ਆਨੰਦ ਦਾ ਸਾਗਰ ਤੇਰੇ ਅੰਦਰ ਠਾਠਾ ਮਾਰਦਾ ਤੇਰਾ ਇੰਤਜ਼ਾਰ ਕਰ ਰਿਹਾ। ਪਰਮੇਸ਼ੁਰ ਨੇ ਉਹ ਐਸਾ ਬਣਾਇਆ ਸੀ ਤੈਨੂੰ ਮਹਾਨ ਸੁੱਖ ਦੇਣ ਵਾਸਤੇ, ਤੂੰ ਉੱਥੇ ਪਹੁੰਚ ਨਹੀਂ ਸਕਿਆ ਅਜੇ, ਬਾਹਰ ਹੀ ਬਾਹਰ ਘੁੰਮਦਾ ਫਿਰਦਾ। ਸੋ ਇਸ ਵਾਲੇ ਜੀਵਨ ਦੇ ਮਨੋਰਥ ਨੂੰ ਸਮਝ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕਰਤੀ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਦਾਨ ਕਰਦੇ ਨੇ, ਨਿਸ਼ਕਾਮ ਸੇਵਾ ਕਰਦੇ ਨੇ, ਉਹਨਾਂ ਦੇ ਉੱਤੇ ਵਾਹਿਗੁਰੂ ਦਿਆਲੂ ਹੋ ਜਾਂਦਾ। ਕੁਦਰਤੀ ਅਸੂਲ ਨੇ ਇਹ, ਲਾ ਆਫ ਨੇਚਰ। ਉਹ ਫਿਰ ਇੱਕ ਵਾਰੀ ਕਿਰਪਾ ਦਾ ਉਹਨੂੰ ਕਿਰਪਾ ਉਹਦੇ ਉੱਤੇ ਹੋ ਜਾਂਦੀ ਹੈ, ਕਿਰਪਾ ਦੇ ਮੰਡਲ ਚ ਪਹੁੰਚ ਜਾਂਦਾ। ਉਹ ਫਿਰ ਹਰੀ ਦੇ ਜਸ ਗਾਉਂਦਾ, ਹਰੀ ਦੇ ਜਸ ਸੁਣਦਾ।
ਕਹਿੰਦੇ ਸਿਰਫ ਇੱਕੋ ਹੀ ਬੰਦੇ ਨੇ ਜਿਹੜੇ ਇਸ ਪਾਸੇ ਲੱਗੇ ਹੋਏ ਨੇ ਪ੍ਰਭੂ ਦੇ ਸਿਮਰਨ ਵਿੱਚ, ਪ੍ਰਭੂ ਦੀ ਯਾਦ ਜਿਹਨਾਂ ਦੇ ਹਿਰਦੇ 'ਚ ਹਰ ਵਕਤ ਟਿਕੀ ਰਹਿੰਦੀ ਹੈ। ਕਹਿੰਦੇ ਉਹਨਾਂ ਦਾ ਜਨਮ ਧਨ ਹੈ, ਉਹ ਧਨਤਾ ਦੇ ਯੋਗ ਨੇ, ਸੰਸਾਰ 'ਤੇ ਆ ਕੇ ਉਹ ਜਿੱਤ ਕੇ ਜਾਣਗੇ, ਬਾਦਸ਼ਾਹ ਨੇ ਉਹ ਦਰਗਾਹਾਂ ਦੇ। ਇੱਥੇ ਚਾਹੇ ਉਹ ਕੁਛ ਨਾ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਵਾਨਾ, ਮਿੱਤਰ ਨਾ ਇੱਕ ਤਨ ਰੂਪਹੀਣ ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨ। ਉਹਦਾ ਕਿਹਾ ਹੋਇਆ ਚਾਹੇ ਲਿਖਿਆ ਹੋਇਆ ਕੋਈ ਮਨ ਦਾ ਨਾ ਹੋਵੇ, ਲੇਕਿਨ ਦਰਗਾਹਾਂ ਦਾ ਬਾਦਸ਼ਾਹ ਕਿਉਂ ਹੈ? ਕਹਿੰਦੇ ਉਹਦੀ ਧੂੜੀ ਨਾਲ ਇਹ ਉੱਧਰ ਜਾਂਦਾ, ਧੂੜੀ ਉਹਦੀ ਮਿਲ ਜਾਵੇ ਤਿਸਕੀ ਧੂੜ ਮਨ ਉਧਰੇ, ਮਨ ਦੇ ਸਾਰੇ ਵਿਕਾਰ ਉਹਦੀ ਧੂੜੀ ਨਾਲ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ। ਪ੍ਰਭ ਸੋ ਪ੍ਰਸੰਨ, ਵਾਹਿਗੁਰੂ ਉਹਦੇ ਉੱਤੇ ਖੁਸ਼ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹ ਮਹਾਰਾਜ ਕਹਿੰਦੇ ਧੰਨ ਹੈ ਭਾਈ, ਉਹ ਸੁਖੀ ਹੈ, ਉਹੀ ਧੰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।